ਪੈਸੇ ਜਿਹੜੇ ਨੇ ਨਾ, ਅੱਲਾ ਖੈਰ ਰੱਖੇ ਹੋ ਗਏ ਨੇ ਪੂਰੇ। ਹੁਣ ਨਾ ਮੈਂ ਆਪਣੇ ਭਰਾ ਨੂੰ ਫੋਨ ਕਰਦੀ ਹਾਂ ਕਿ ਜਿਹੜੀ ਮੱਝ ਉਹਨਾਂ ਨੇ ਸਾਨੂੰ ਕਿਹਾ ਸੀ ਨਾ, ਉਹ ਸਾਨੂੰ ਲੈ ਦੇਣ ਅਤੇ 16 ਕਿਲੋ ਦੁੱਧ ਦਿੰਦੀ ਹੈ, ਅਤੇ 16 ਕਿਲੋ ਦੁੱਧ ਨਾਲ ਹੋਰ ਰਲ ਕੇ ਕਿੰਨੇ ਪੈਸੇ ਹੋ ਜਾਣੇ। ਹਰ ਮਹੀਨੇ ਨਵੀਂ ਮੱਝ ਲਿਆ ਕਰਾਂਗੀ। ਅਸਲਾਮ ਵਾਲੇਕੁਮ। ਹਾਂਜੀ, ਆ ਗਏ? ਮਾਸ਼ਾਅੱਲਾ, ਅੱਲਾ ਦਾ ਸ਼ੁਕਰ, ਵਧੀਆ। ਫਿਰ ਠੀਕ ਹੈ। ਮੈਂ ਨਾ ਬੜਾ ਹਿਸਾਬ ਲਾਇਆ ਕਿੰਨੇ ਦਿਨਾਂ ਤੋਂ, ਤੁਸੀਂ ਨਾ ਹੁਣ ਲੇਟ ਆਉਣ ਲੱਗ ਪਏ। ਖੈਰ ਤੇ ਆਵੇ, ਪਰ ਡਿਊਟੀ ਤੇ ਨਾ ਕਈ ਦਫਾ ਹੋ ਜਾਂਦੀ ਦੇਰ ਸਵੇਰ। ਡਿਊਟੀ ਤਾਂ ਮੈਨੂੰ ਪਤਾ ਜਿੰਨੀ ਦੇਰ ਸਵੇਰ ਹੁੰਦੀ ਹੈ, ਸਵੇਰੇ ਵੀ ਜਲਦੀ ਜਾਨ ਛਡਾ ਕੇ ਭੱਜ ਜਾਂਦੇ ਹੋ ਡੰਗਰਾਂ ਤੋਂ, ਤੇ ਸ਼ਾਮ ਨੂੰ ਵੀ ਲੇਟ ਆਉਂਦੇ ਜਦੋਂ ਕੰਮ ਮੁੱਕ ਗਿਆ ਹੁੰਦਾ ਸਾਰਾ। ਯਾਰ ਡੰਗਰਾਂ ਮੈਂ ਤੁਹਾਨੂੰ ਕਿਹਾ ਨੌਕਰ ਰੱਖ ਲਓ, ਠੀਕ ਹੈ? ਤੇ ਮੈਂ ਅੱਗੇ ਵੀ 1000 ਦਾ ਗੱਲ ਸਮਝਾਈਏ ਕਿ ਪੱਠੇ ਵੱਢੋ ਨਾ, ਹੱਥ ਹਰੇ ਹੋ ਜਾਂਦੇ ਨੇ ਜਿੰਨੇ ਡੰਗਰ ਨੇ ਨਾ, ਤੇ ਫਿਰ ਵੀ ਨੌਕਰ ਘੱਟ ਹੀ ਪੈਂਦੇ ਨੇ। 2 ਨੌਕਰ ਮੈਂ ਅੱਗੇ ਰੱਖੇ ਨੇ, ਹੋਰ ਕਿੰਨੇ ਕੁ ਤਨਖਾਹਾਂ ਦੇਣੀਆਂ ਉਹਨਾਂ ਨੂੰ। ਓ ਯਾਰ ਚਲਾ ਮੰਜੀ ਤੇ ਬਾਬੀ ਆਉਂਦੇ ਆ ਸਾਰੀ ਨਾ ਅਜੀਬ ਹੋ ਰਹੀ ਬੱਲਾ ਸ਼ੁਰੂ ਕਰ ਦੇਣੀ, ਠੀਕ ਹੈ? ਜਨਾਨੀ ਦਾ ਕੰਮ ਹੁੰਦਾ ਹੁੰਦਾ ਸਾਰੇ ਹੱਸ ਕੇ ਬਸ ਮਿਲੇ ਗੱਲਾਂ ਨਾ ਤੁਹਾਨੂੰ ਕੋਈ ਕਰੇ, ਤੁਹਾਨੂੰ ਬੜਾ ਫਿਰ ਦੁੱਖ ਲੱਗਦਾ ਹੈ ਹਨਾ। ਮੈਂ ਨਹੀਂ ਸਾਰਾ ਦਿਨ ਕੰਮ ਕਰਦੀ, ਜੇ ਤੁਸੀਂ ਦਫ਼ਤਰੇ ਕਰ ਜਾਂਦੇ ਮੈਂ ਵੀ ਇੱਥੇ ਨਾਲ ਪੂਰੀ। 11 ਘੰਟੇ ਮੈਂ ਡਿਊਟੀ ਕਰਕੇ ਆ, ਕੋਈ ਪਾਣੀ ਸ਼ਾਨੀ ਪੁੱਛ, ਕੋਈ ਲੱਸੀ ਪਾਣੀ, ਕੋਈ ਪਤਾ ਨਹੀਂ ਕੁਛ ਚਾਹ ਸ਼ਾ। ਬਸ ਤੁਹਾਨੂੰ ਐਵੇਂ ਮੈਂ ਦਫ਼ਤਰੇ ਜਾਣਾ ਵਾ ਆਰਾਮ ਨਾਲ ਚਿੱਟੇ ਕੱਪੜੇ ਪਾ ਜਾਣਾ। ਇਹ ਗੱਲ ਤੇ ਮੈਂ ਨਹੀਂ ਇੱਥੇ ਸਾਰਾ ਦਿਨ ਜ਼ਲੀਲ ਹੁੰਦੀ ਮੈਨੂੰ ਇਹਨਾਂ ਦੇ ਵਿੱਚ। ਇਹ ਗੱਲ ਤੇ ਮੈਂ ਕੀਤੀ ਸੀ ਨਾ ਕਿ ਜਿੰਨ ਤੱਕ ਮੈਂ ਡਿਊਟੀ ਕਰ ਰਿਹਾ, ਜਦੋਂ ਮੈਂ ਰਿਟਾਇਰ ਹੋਗਾ ਵੇਖੀ ਜਾਗੀ ਡਿਊਟੀ, ਜਿੰਨ ਤੱਕ ਮੈਂ ਕਹਿ ਗਿਆ ਨਾ ਮੈਂ ਡੰਗਰਾਂ ਵਾਲੇ ਕੰਮ ਨਹੀਂ ਕਰਨੇ, ਠੀਕ ਹੈ? ਉਹ ਮੱਝ ਚੋਗਟ ਰੋਜ਼ ਨਾ ਹੱਥਾਂ 'ਚ ਗੋਹੇ ਦੀ ਬੋਹ ਹੁੰਦੀ ਕਿ ਨਹੀਂ, 2 ਦਿਨ ਉੱਥੇ ਬੀਬੀਆਂ ਵੀ ਕੰਮ ਕਰਦੀਆਂ ਨੇ। ਦੁੱਧ ਪੀਣ ਵਾਸਤੇ ਤਾਂ ਨਹੀਂ ਕਦੀ ਤੁਸੀਂ ਨਾ ਕੀਤੀ ਹੈ, ਉਦੋਂ ਨਹੀਂ ਪਤਾ ਚੱਲਦਾ ਕਿ ਮੱਝਾਂ ਬੋਇਆ ਕਰਦੀਆਂ ਤੇ ਉਹਨਾਂ ਦਾ ਮੈਂ ਦੁੱਧ ਪੀਣਾ ਵਾ। ਹੱਥ 'ਚ ਨਾ ਭਰੇ ਹੁੰਦੇ ਨੇ ਉਹਦੇ ਪੱਠੇ ਵੜ ਕੇ। ਹਾਂਜੀ, ਸਾਨੂੰ ਤੇ ਹੱਥ ਨਹੀਂ ਲੱਗੇ, ਸਾਨੂੰ ਤੇ ਹੋਰ ਕੁਛ ਲੱਗੀ ਹੈ ਨਾ, ਸਾਡੇ ਤੇ ਹੱਥ ਹਰੇ ਹੁੰਦੇ, ਤੁਹਾਡੇ ਹੱਥ ਹਰੇ ਹੁੰਦੇ ਨੇ ਬਸ। ਪਰ ਮੈਨੂੰ ਨਹੀਂ ਪਤਾ ਲੱਗੀ ਸਮਝ, ਮੈਂ ਤੈਨੂੰ ਕਿਹਾ ਨਹੀਂ ਨਾ ਕਿ ਨਹੀਂ ਮੇਰੇ ਤੋਂ ਨਹੀਂ ਇਹ ਕੰਮ ਹੁੰਦੇ। ਚਲੋ ਨਾ ਕਰੋ ਕੰਮ ਨਹੀਂ ਕਰਦੇ, ਮੈਂ ਤੇ ਇੱਕ ਹੋਰ ਮੱਝ ਲੈਣ ਲੱਗੀ ਆਪਣੇ ਭਰਾ ਨੂੰ ਲੱਗੀ ਆ ਫੋਨ ਕਰਾਂ। ਪੈਸੇ ਨੇ? ਆਹੋ ਦੇ ਗਿਆ ਦੁੱਧੀ ਪੈਸੇ। ਹਾਂਜੀ, ਤੈਨੂੰ ਮੈਂ ਕਹਿੰਦੀ ਕਿ ਜਦੋਂ ਦੁੱਧੀ ਪੈਸੇ ਦੇ ਗਿਆ ਨਾ ਤੇ ਮੈਂ ਮੋਟਰਸਾਈਕਲ ਚੇਂਜ ਕਰਨਾ। ਮੈਂ ਕਿਹਾ ਸੀ ਕਿ ਮੇਰੇ ਭਰਾ ਨੇ ਮੈਨੂੰ ਕਿਹਾ ਕਿ ਇੱਕ ਬੜੀ ਵਧੀਆ ਮੱਝ ਹੈ, ਠੀਕ ਹੈ? ਤੇ ਉਹ ਮੱਝ ਲੈਣੀ ਹੈ, 16 ਕਿਲੋ ਦੁੱਧ ਦਿੰਦੀ ਖੈਰ ਨਾਲ। 16 ਕਿਲੋ ਦੁੱਧ ਦੇ ਭਾਅ 18 ਕਿਲੋ ਮੈਨੂੰ ਕੀ ਲੱਗੇ? ਮੈਂ ਤੈਨੂੰ ਕਿਹਾ ਸੀ ਨਾ ਦਫ਼ਤਰ ਜਾਣ 'ਚ ਗੁਜ਼ਾਰ ਰਿਹਾ ਕਿ ਹੈ ਕਿ ਨਹੀਂ ਮੇਰਾ। ਤੇ ਜਾਇਆ ਕਰੋ ਦਫ਼ਤਰ ਜਾਣ ਤੋਂ, ਕਿਹਨੇ ਰੋਕਿਆ? ਮੋਟਰਸਾਈਕਲ ਮੇਰਾ ਪੁਰਾਣਾ ਹੋ ਗਿਆ, ਮੈਂ ਨਵਾਂ ਲੈਣਾ, ਪੈਸੇ ਲਿਆ ਕਰ। ਮੋਟਰਸਾਈਕਲ ਬਹੁਤਾ ਜ਼ਰੂਰੀ ਕਿ ਮੱਝ ਬਹੁਤੀ ਜ਼ਰੂਰੀ ਹੈ? ਮੋਟਰਸਾਈਕਲ ਜ਼ਰੂਰੀ ਹੈ ਕਿ ਕਿਉਂ ਜੀ? ਮੱਝ ਤੇ ਬਹਿ ਕੇ ਜਾਵਾਂਗਾ ਦਫ਼ਤਰ ਮੈਂ। ਅੱਛਾ ਜੀ, ਬੜੀ ਗੱਲ ਏ, ਮੱਝ ਤੇ ਬਹਿ ਕੇ ਜਾਵਾਂਗਾ ਦਫ਼ਤਰ ਮੈਂ। ਤੁਹਾਨੂੰ ਪਤਾ ਤੇ ਹੈ ਮੱਝ ਜਦੋਂ ਲਵਾਂਗੇ ਨਾ ਤੇ ਦੁੱਧ ਦਿਆ ਕਰੇਗੀ, 16 ਕਿਲੋ ਉਹਨੇ ਮਹੀਨੇ ਦਾ ਦੁੱਧ ਦੇਣਾ, ਤੇ ਮਾਸ਼ਾਅੱਲਾ ਕਿੰਨੇ ਪੈਸੇ ਨਾਲ ਰਲਨੇ ਨੇ ਸਾਡੇ। ਪੈਸੇ ਰਲਨੇ ਤਾਂ ਭਾਵੇਂ ਨਾ ਰਲਨੇ, ਡਿਊਟੀ ਤੋਂ ਪੈਸੇ ਹੀ ਆਉਂਦੇ ਨੇ। ਤੁਸੀਂ ਮੱਝ ਦੇ ਨਾਲ ਹੀ ਜਾਂਦੇ ਹੋ ਉੱਥੇ ਦਫ਼ਤਰੇ, ਠੀਕ ਹੈ? ਕੀ ਮੱਝ ਤੇ ਬਹਿ ਗਿਆ ਨਾ, ਮੱਝ ਦੇ ਸਿਰ ਤੇ ਬਹਿ ਗਿਆ ਨਾ ਮੈਂ? ਦੁੱਧ ਦੇ ਪੈਸੇ ਨਹੀਂ, ਦੁੱਧ ਨਹੀਂ ਵੇਚੀਦਾ, ਉਹਦੇ ਪੈਸੇ ਹੁੰਦੇ ਨੇ, ਪੈਟਰੋਲ ਨਹੀਂ ਪਵਾ ਕੇ ਲੈ ਕੇ ਜਾਂਦੇ। ਮੈਂ ਸਮਝਾ ਰਿਹਾ ਕਹਿ ਰਹੀ ਨਾ ਜਾਣਾ। ਚਲੋ ਉਹ ਨਾ ਮੱਝ ਦੇ ਉਹਦੇ ਵਿੱਚ ਨਾ ਉਹਦੇ ਵਿੱਚ ਟੈਂਕੀ 'ਚ ਮੈਂ ਕੋਈ ਦੁੱਧ ਜਾਂ ਲੱਸੀ ਜਾਂ ਮੱਖਣ ਹੀ ਪਾ ਕੇ ਜਾਂਦਾ, ਪੈਟਰੋਲ ਪੈਂਦਾ ਉਹਦੇ ਵਿੱਚ, ਮੈਂ ਆਪਣੇ ਪੱਲੇ ਪਵਾਉਂਦਾ। ਬਹਰਹਾਲ ਮੈਨੂੰ ਬਹੁਤੀਆਂ ਗੱਲਾਂ ਦਾ ਨਹੀਂ ਪਤਾ, 5.5 ਲੱਖ ਦੀ ਮੱਝ ਆਣੀ ਤੇ ਬੜੀ ਵਧੀਆ ਮੱਝ ਹੈ, ਠੀਕ ਹੈ? ਮਾਸ਼ਾਅੱਲਾ ਦੁੱਧ ਵੀ ਚੰਗਾ ਦਿੰਦੀ ਹੈ, ਉਹਨਾਂ ਨੇ ਆਖਿਆ ਹੌਲੀ ਹੌਲੀ ਦੁੱਧ ਵਧੇਗਾ ਹੀ ਉਹਦਾ। ਇੰਨੀ ਫਜ਼ੂਲ ਖਰਚੀ ਦੀ ਕੀ ਲੋੜ ਪਈ ਹੈ? ਕਿਹੜੀ ਫਜ਼ੂਲ ਖਰਚੀ ਹੈ, ਮਾਲਦਾਰੀ ਵਧੇਗੀ। 5.5 ਲੱਖ ਦੀ ਹੋਇਆ ਤੇਰੇ ਕੋਲ, ਅੱਛਾ ਤੇ ਸੌਖਾ ਇਲਾਜ ਹੈ। 2 ਲੱਖ ਰੁਪਇਆ ਮੋਟਰਸਾਈਕਲ ਵੀ ਪੈਣਾ, ਮੈਂ ਨਵਾਂ ਮੋਟਰਸਾਈਕਲ ਲੈਣਾ, ਠੀਕ ਹੈ? ਮਾਡਲ ਵੀ ਚੇਂਜ ਹੋ ਜਾਣਾ, ਦੋਵੇਂ ਬੈਠੇ ਸੋਹਣੇ ਲੱਗੇ ਕਰਨਗੇ ਮੋਟਰਸਾਈਕਲ ਤੇ। ਨਹੀਂ ਮੈਂ ਨਹੀਂ ਏਡੀ ਬਹਿਣਾ ਚਾਹੁੰਦੀ ਤੁਹਾਡੇ ਨਾਲ ਮੋਟਰਸਾਈਕਲ ਦੇ, ਏਡੇ ਨਾਲ ਤੁਸੀਂ ਹੋਇਆ ਕਰ, ਸਮਝ ਆ ਗਈ? ਮੇਰੇ ਘਰ ਵਾਲਿਆਂ ਨੇ ਕਿਹਾ ਕਿ ਮੱਝ ਲੈ ਆਰਾਮ ਸੁਣ ਨਾਲ, ਜੋ ਉਹਨਾਂ ਫੈਸਲਾ ਕਰਤਾ ਉਹ ਠੀਕ ਹੈ। ਬਸ ਘਰ ਦਿਆਂ ਤਾਂ ਕਹਿੰਦੇ ਅੱਜ ਤੱਕ ਕੋਈ ਫੈਸਲਾ ਸਹੀ ਕੀਤਾ ਸੀ ਇਹ ਤਾਂ ਪੈਸੇ। ਹਾਂਜੀ, ਮੈਨੂੰ ਪਤਾ ਘਰ ਵਾਲਿਆਂ ਨੇ ਫੈਸਲਾ ਤੇ ਵਾਕਈ ਅੱਜ ਤੱਕ ਕੋਈ ਨਹੀਂ ਸਹੀ ਕੀਤਾ, ਜੇ ਸਹੀ ਕਰਦੇ ਤਾਂ ਮੈਂ ਤੁਹਾਡੇ ਭੱਲੇ ਪੈਂਦੀ। ਫੈਸਲਾ ਨਹੀਂ ਸਹੀ ਕੀਤਾ, ਫੈਸਲਾ ਨੂੰ ਹੱਥ ਨਾ ਲਾਇਆ ਜੇ, ਇੱਥੇ ਸਾਰਾ ਦਿਨ ਖੱਜਲ ਹੋਈ ਦੇ ਨਾਲ। ਉਹਦੇ ਇੱਧਰ ਕਿਹੜੀ ਗੱਲੋਂ ਕਦੀ ਤੁਹਾਡੀ ਮੈਂ ਤਨਖਾਹ ਬਾਰੇ ਪੁੱਛੇ?
ਯਾਰ ਮੇਰੀ ਗੱਲ ਸੁਣ, 2 ਲੱਖ ਤੋਂ ਮਿਲਦੇ 3.5-3 ਲੱਖ ਵਾਲਾ, ਠੀਕ ਹੈ, ਝੋਟੀ ਲੈ ਸਾਲ ਲੈ ਸੂਬਾ ਵੇਖੀ ਕੀ ਹੋਣ ਲੱਗਾ। ਨਹੀਂ ਮੈਂ ਨਹੀਂ, ਮੈਂ ਆ ਹੁਣ ਹੀ ਜਿਹੜੀ ਆਖਿਆ ਨਾ ਮੇਰੇ ਭਰਾਵਾਂ, ਮੈਂ ਉਹੀ ਝੋਟੀ ਲੈਣੀ, ਮੈਂ ਨਹੀਂ ਉਹਨਾਂ ਦੀ ਗੱਲ ਮੋੜ ਸਕਦੀ। ਮਸਾ ਮਸਾ ਮੈਂ ਜਵਾਨੀ ਜਵਾਨੀ ਕਰਕੇ ਤੇ 5.5 ਲੱਖ ਉਹ ਤੇਰਾ ਮਜ਼ਾਕ ਹੀ ਖਰਾਬ ਆ, ਮੈਂ ਭਰਾਵਾਂ ਦੀ ਗੱਲ ਨਹੀਂ ਮੋੜਦੇ, ਭਰਾਵਾਂ ਦੀ ਗੱਲਾਂ ਮੰਨੀਆਂ ਤਾਂ ਉੱਥੇ ਰਹਿਣਾ ਮਰਨਾ ਸੀ। ਅੱਛਾ ਜੀ, ਤੁਸੀਂ ਤਾਂ ਜਿਵੇਂ ਸਾਰੀਆਂ ਮੰਨਦੇ ਹੋ, ਇਹ ਤਾਂ ਕੰਮ ਅਸੀਂ ਕਰ ਲਿਆ ਕਿ ਤੁਸੀਂ ਕਰਦੇ, ਇੱਥੋਂ ਜਿਹੜਾ ਪੈਸਾ ਕਮਾਉਂਦੇ ਆ ਉਹਨਾਂ ਦਾ ਸਿਰਫ ਸਾਡਾ। ਤੇਰੇ ਨਾਲ ਜਦੋਂ ਤੂੰ ਨਹੀਂ ਆਈ ਉਦੋਂ ਵੀ ਸਾਡੀ ਮਾਲਦਾਰੀ ਚੱਲਦੀ ਸੀ, ਉਦੋਂ ਵੀ ਡੰਗਰ ਰਹਿਣ, ਤੇ ਹੁਣ ਕਿਉਂ ਨਹੀਂ ਚੱਲ? ਦੋ ਮੱਝਾਂ ਤੇਰੇ ਨਾਲ ਨਾ ਪੇਕਿਆਂ ਤੇ ਉਹ ਵੀ ਉਦੋਂ, ਇਹ ਵੇਖ ਆ ਜਿਹੜੀ ਤੇਰੇ ਪੇਕਿਆਂ ਮਾਈ ਦਿੱਤੀ ਹੈ, ਹਾਲ ਵੇਖ ਉਹਦਾ, ਠੀਕ ਹੈ, ਉਹ ਵਾਲੀ ਗਾਂ ਸੀ ਉਹ ਲਾ ਰੰਗ ਦੀ, ਦੋਵੇਂ ਮਰੀ ਗਏ, ਸਾਡੀਆਂ ਮੱਝਾਂ ਦੇ ਰੋਤੇ ਉਹਨਾਂ ਦੇ ਰੋਣਾ ਕੇ ਕਰ ਲੀਜੀਏ ਗੱਲ ਆਪਣੀ। ਤੇ ਹੋਰ ਕੀ ਹੈ, ਜਦੋਂ ਮੈਂ ਆਈ ਸੀ ਨਾ, ਦੋ ਮੱਝਾਂ ਦਾ ਡੇਰ ਤੇ ਬੰਨੀਆਂ ਸਨ, ਉਹਨਾਂ ਨੂੰ ਵੀ ਸੋਕੜਾ ਪਿਆ ਸੀ, ਠੀਕ ਹੈ, ਮੇਰੇ ਪੇਕਿਆਂ ਕੋਈ ਚੱਜ ਦੀਆਂ ਮੱਝਾਂ ਦਿੱਤੀਆਂ ਨੇ ਨਾ, ਤੇ ਉਹਨਾਂ ਨੂੰ ਵੇਖ ਕੇ ਤੁਹਾਡੀਆਂ ਦੋ ਮੱਝਾਂ ਵੀ ਜ਼ਰਾ ਖੁਸ਼ ਹੋ ਗਈਆਂ ਸਨ, ਤੇ ਉਹਨਾਂ ਨੂੰ ਵੀ ਕੋਈ ਚੱਜ ਦੇ ਮਾਲਕ ਟੱਕਰੇ ਨੇ। ਤੇਰਾ ਭਰਾ ਸਾਕਮ, ਉਹ ਹੁਣ ਪਤਲਾ ਜਿਹਾ ਸੁਕੜਾ ਪਿਆ, ਉਹ ਕਈਆਂ ਦੀ ਕਾਇਆ ਇੰਜ ਦੀ ਹੁੰਦੀ ਹੈ। ਹਾਂਜੀ ਇੰਜ ਹੀ, ਇੰਜ ਹੀ ਮਾਲ ਡੰਗਰ ਦੀ ਕਾਇਆ ਇੰਜ ਦੀ ਹੁੰਦੀ ਹੈ ਜੀ, ਇਹਨਾਂ ਨੂੰ ਸੁਕੜਾ ਇੰਜ ਹੀ ਪੈ ਗਿਆ ਸੀ, ਹੈਨਾ? ਜਾ ਰੇ ਮਰਿਆ ਜਾ, ਆ ਮੇਰੇ ਪੇਕੇ ਦੇ ਤੇ ਰੌਣਕਾਂ ਲੱਗ ਗਈਆਂ ਡੇਰ ਦੇ, ਵੇਖੋ ਮਾਸ਼ਾਅੱਲਾ ਮੱਝਾਂ ਨਾਲ ਭਰਿਆ। ਜਾ ਜਾ ਰੇ ਸਮਝ, ਜਾ ਜਾਵਾਂ ਨੂੰ ਵਿਚਾਰਿਆਂ ਨਾ ਨਮੂਨੀਆ ਹੋ ਗਿਆ ਸਰਦੀਆਂ ਦੇ ਵਿੱਚ, ਸਰਦੀ ਦੇ ਭੜੇ ਹਨ, ਦੁੱਧ ਦੀ ਰੱਤੀ ਉਹਨਾਂ ਨੂੰ ਤੁਸੀਂ ਪਿਆਉਂਦੇ ਨਹੀਂ, ਜਿਹੜਾ ਜਾਵਾਂ ਦੇ ਸੇ ਵੀ ਆਂਦਾ ਸੀ ਉਹ ਵੀ ਕੱਢ ਕੇ ਤੇ ਵੇਚ ਛੱਡਦੇ ਸੋ ਕੰਗਲੇ ਹੋ ਜਿਓ। ਗਰੀਬੀ ਤੁਹਾਡੇ ਘਰੇ ਨਹੀਂ ਨੱਚਦੀ ਸੀ, ਮੇਰੇ ਆਣ ਨਾਲ ਕੋਈ ਥੋੜੀ ਰੌਣਕ ਆਈ, ਨੌਕਰੀ ਆ ਕੇ ਤੁਹਾਨੂੰ ਮੈਂ ਲਵਾਇਆ, ਬਹੁਤ ਤੇਗੇ ਤਾਂ ਪਹਿਲੇ ਮੈਂ ਕਾਗਜ਼ ਜਮਾ ਕਰਾਇਆ, ਤੇਗੇ ਤਾਂ ਪਹਿਲੇ ਪੜਿਆ ਹਾਂ ਮੈਂ, ਤੇ ਮੈਨੂੰ ਕੀ ਪਤਾ ਤੁਹਾਨੂੰ ਸਕੂਲੇ ਕਰਦੀ ਰਹੀ ਹੋ ਸਕਦਾ, ਐਸੇ ਪੁੱਛ ਤੁਹਾਨੂੰ ਕੋਈ ਨਹੀਂ ਜੇ ਮਿਲਣੇ, ਠੀਕ ਹੈ, ਮੇਰੇ ਵੱਲੋਂ ਤੁਸੀਂ ਜਾਓ ਮੋਟਰਸਾਈਕਲ ਤੇ, ਮੇਰੇ ਵੱਲੋਂ ਤੁਸੀਂ ਜਾਓ ਬੱਸ ਤੇ ਭਾਵੇਂ ਰਿਕਸ਼ੇ ਤੇ, ਠੀਕ ਹੈ, ਭਾਵੇਂ ਪੈਦਲ ਜਾਓ। ਯਾਰ ਮੈਂ ਤੇ ਹੈਰਾਨ ਹੋ ਗਿਆ, ਠੀਕ ਹੈ, ਤੂੰ ਤੇ ਡੰਗਰਾਂ ਰਹਿ ਕੇ ਡੰਗਰ ਹੋ ਗਈ, ਜਨਾਨੀ ਰਹੀ ਨਹੀਂ ਯਾਰ ਤੂੰ, ਤੇ ਤੇਰੇ ਤੇ ਉਹ ਹੈ ਹੀ ਨਹੀਂ ਗੱਲ ਜਨਾਬ, ਕਿ ਬੰਦੇ ਦੀ ਤਾਬੇਦਾਰੀ ਜਿਹੜੀ ਪਰਮਾਮਰਦਾਰ ਬੀਬੀ ਵਾਲੀ ਕਸਾ ਵੀ ਨਹੀਂ ਗਾ, ਤੂੰ ਨਾ ਹੁਣ ਮੌਜਾ ਕਰ, ਸਮਝ ਆਈ ਨਾ, ਹੁਣ ਤੋਂ ਬਾਅਦ ਨਾ ਮੈਨੂੰ ਬੁਲਾਈ ਨਾ, ਤੂੰ ਇੱਥੇ ਡੰਗਰਾਂ ਨੂੰ ਪੱਠੇ ਪਾ, ਠੀਕ ਹੈ, ਤੇ ਮੈਂ ਚੱਲਾਂ। ਓਹੋ ਗੱਲ ਤੇ ਸੁਣੋ, ਤੁਸੀਂ ਤੇ ਐਵੇਂ ਨਾਰਾਜ਼ ਹੋਈ ਜਾਂਦੇ, ਤੂੰ ਲੈ ਮਜਾ ਯਾਰ, ਮੇਰੀ ਗੱਲ ਤੇ ਸੁਣੋ ਨਾ, ਮਜਾ ਵਧਾ ਛੱਡ, ਤੈਨੂੰ ਮੇਰੀ ਕੋਈ ਲੋੜ, ਪੈਸੇ ਦੀ ਕਿਹੜੀ ਗੱਲ ਏ, ਆ ਪੈਸੇ ਫੜੋ ਨਾ, ਆ ਪੈਸੇ ਸਾਰੇ ਤੁਹਾਡੇ ਹੀ ਨੇ, ਠੀਕ ਹੈ, ਮੈਂ ਤਾਂ ਸਗੋਂ ਆਪਣੇ ਭਰਾਵਾਂ ਨੂੰ ਕਿਹਾ ਸੀ ਕਿ ਜਿਹੜੀ ਤੁਸੀਂ ਮੱਝ ਆਖਿਆ ਸੀ ਨਾ, ਉਹ ਤੇ ਇਮਰਾਨ ਨੇ ਮੈਨੂੰ ਆਪ ਕਿਹਾ ਕਿ ਮੈਂ ਆਪ ਲੈ ਕੇ ਦਿਆਂਗਾ ਤੈਨੂੰ, ਉਹਨਾਂ ਨੇ ਪੈਸੇ ਜੋੜੇ ਨੇ, ਮੈਂ ਕਿਹਾ ਉਹਨਾਂ ਨੇ ਪੈਸੇ ਜੋੜੇ ਨੇ, ਆਂਦੇ ਨੇ ਮੈਂ ਲਾਜ਼ਮੀ ਤੈਨੂੰ ਮੱਝ ਲੈ ਕੇ ਦੇਣੀ ਹੈ, ਮੈਂ ਕਿਹਾ ਤੁਹਾਨੂੰ ਅੱਜ ਪੈਸੇ ਵੀ ਦੇ ਜਾਣਗੇ ਆ ਕੇ, ਮੈਂ ਤਾਂ ਉਹਨਾਂ ਨੂੰ ਸਗੋਂ ਇੰਜ ਕਿਹਾ, ਤੁਹਾਡੀ ਤਾਰੀਫ ਹੀ ਕੀਤੀ ਉਹਨਾਂ ਦੇ ਅੱਗੇ, ਮੈਂ ਤਾਂ ਤੁਹਾਡਾ ਮਜ਼ਾਕ ਲੱਗੀ ਸੀ ਸਾਰੀਆਂ ਗੱਲਾਂ, ਇੰਜ ਆਖਿਆ ਤੂੰ ਆਪਣੇ ਭਾਵਾਂ ਨੂੰ ਮੇਰਾ, ਆ ਪੈਸੇ ਸਾਰੇ ਮੈਂ ਜਮ੍ਹਾਂ ਕੀਤੇ ਨੇ, ਹਾਂ ਬਸ ਨੇ ਇਹਦੇ ਵਿੱਚ 30,000 ਰੁਪਇਆ ਕੱਟਦਾ ਪਿਆ, ਉਹ ਤੇ ਫਿਰ ਕਿਹੜੀ ਗੱਲ ਹੈ, ਮੇਰਾ ਸੇਵ ਵਿੱਚ ਪਿਆ ਫੜ ਮੈਂ ਲੈ ਕੇ ਆਉਣਾ। ਅੱਛਾ ਤੂੰ ਐਵੇਂ, ਤੂੰ ਆ ਹੁਣੇ ਹੀ ਚੱਲਣਾ, ਠੀਕ ਹੈ, ਮੋਟਰਸਾਈਕਲ ਸਹੀ ਹੈ, ਉਹ 2-3 ਮਹੀਨਿਆਂ ਨੂੰ ਆ ਜਾਏਗਾ, ਕਿ ਮੋਟਰਸਾਈਕਲ ਦੀ ਕਿਹੜੀ ਗੱਲ, ਉਹਨੇ ਕਿਹੜਾ ਦੁੱਧ ਦੇਣਾ ਸਾਨੂੰ। ਸਹੀ ਗੱਲ, ਸਹੀ ਗੱਲ, ਮੈਂ ਤੇ ਤੂੰ ਤੇ ਯਾਰ ਚੰਗੀ ਬੜੀ ਐਂ ਜੀ, ਸਹੀ ਗੱਲ ਹੈ, ਬੰਦਿਆਂ ਕੋਲ ਵੀ ਬੜੇ ਤਰੀਕੇ ਹੋਣਗੇ, ਬੜਾ ਹੁਸ਼ਿਆਰ ਸਮਝਦੇ ਨੇ ਆਪਣੇ ਆਪ ਨੂੰ, ਜਨਾਨੀਆਂ ਕੋਲ ਵੀ ਇੱਕ ਤਰੀਕਾ ਬੰਦਿਆਂ ਕੋਲ ਪੈਸੇ ਕਢਾਉਣ ਦਾ, ਲੈ ਵੀ ਆਓ ਹੁਣ ਜਲਦੀ, 1 ਮਿੰਟ ਹੋ ਲਗਾ ਯਾਰ, 1 ਮਿੰਟ ਬਸ ਆਇਆ ਮੈਂ, ਚੱਲ ਟੋਰ ਉਹਨਾਂ ਫੜਾ ਪੈਸੇ ਮੈਨੂੰ, ਹਲੋ ਚਲ ਆ, ਆਜਾ ਆਜਾ ਆਜਾ, 5.5 ਲੱਖ ਨਾ, ਹਾਂ ਬਸ ਠੀਕ ਹੈ, ਆਜਾ ਤੂੰ, ਆ ਬੈਗ ਫੜ ਲੈ, ਫਿਰ ਵੀ ਚੰਗਾ ਹੁੰਦਾ, ਪੈਸੇ ਤੂੰ ਆਪਣੇ ਕੋਲ ਰੱਖ, ਬੁਰਾ ਜਾਂਦੇ ਨਾ, ਰੱਬ ਬੰਦੇ ਦੇ ਕੋਲ ਪੈਸੇ ਜ਼ਰਾ ਚੰਗੇ ਨਹੀਂ ਹੁੰਦੇ, ਠੀਕ ਹੈ, ਆਹੋ ਤੁਹਾਡੀ ਗੱਲ, ਤੁਹਾਡੀ ਉਹ ਲੈ ਜਾਣਾ, ਆਹੋ ਚੱਲ ਟੋਰ।